ਸੱਚੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੁਣੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਖਬਰਾਂ ਦੁਪਹਿਰ ਦੀਆਂ ਸਭ ਤੋਂ ਪਹਿਲਾਂ ਇੱਕ ਅਸੀਂ ਗੁੱਡ ਨਿਊਜ਼ ਵਰਤ ਚੱਲਦੇ ਹਾਂ ਜੋ ਸਰਕਾਰ ਇਸ ਟਾਈਮ ਗੱਲਬਾਤ ਕਰ ਰਹੀ ਹੈ ਕਾਫੀ ਬੈਡ ਨਿਊਜ਼ਾਂ ਤੇ ਵੀ ਗੱਲ ਕਰ ਰਹੀ ਹੈ ਪਰ ਗੁੱਡ ਨਿਊਜ਼ ਕਿਹੜੀ ਹੈ ਜੀ ਇਟਲੀ ਦੇ ਵਿੱਚ ਐਮਰਜੈਂਸੀ ਸਾਨੂੰ ਸਾਰਿਆਂ ਨੂੰ ਪਤਾ ਕਿ 31 ਦਸੰਬਰ 2021 ਤੱਕ ਵਧਾ ਦਿੱਤੀ ਗਈ ਹੈ ਤੇ ਇਹ 31 ਦਸੰਬਰ 2021 ਤੱਕ ਜੇਕਰ ਵਧਾ ਦਿੱਤੀ ਗਈ ਹੈ ਐਮਰਜੈਂਸੀ ਫੋਲਯੋ ਰੋਜ਼ਾ ਪਤਾ ਹੈ ਇਹ 90 90 ਦਿਨ ਐਕਸਟੈਂਡ ਕਰ ਦਿੱਤੇ ਮਾਰਚ ਤੱਕ ਵਧਾ ਦਿੱਤੇ ਗਏ ਨੇ ਪਰ ਗੁੱਡ ਨਿਊਜ਼ ਕੀ ਹੈ ਗੁੱਡ ਨਿਊਜ਼ ਇਹ ਜਿਹੜੇ ਬੰਦੇ ਰਾਹਦੀ ਤੋਂ ਦੀ ਐਮਰਜੈਂਸੀ ਲੈ ਰਹੇ ਆ ਦੇcrets ਤੋਂ ਸੋਫਟਨੀਓ ਜੋ ਇਸ ਟਾਈਮ ਬੇਸ ਆਇਆ ਸਿਕਾ ਉਹਦੇ ਵਿੱਚ ਸਰਕਾਰ ਨੇ ਜਿਹੜੇ ਪੈਸੇ ਦਿੱਤੇ ਸੀ ਜਿਸ ਨੂੰ ਰੈਮ ਵੀ ਕਿਹਾ ਜਾਂਦਾ ਜੋ ਕਿ ਸਰਕਾਰ ਪੈਸੇ ਦਿੰਦੀ ਹੈ 1200 ਰੁਪਏ ਤੋਂ ਲੈ ਕੇ 2400 ਰੁਪਏ ਤੱਕ ਇੰਪਸਮ ਵੱਲੋਂ ਪੈਸੇ ਦਿੱਤੇ ਜਾਂਦੇ ਆ ਪਹਿਲਾਂ ਰਾਹਦੀ ਤੋਂ ਦੀ ਐਮਰਜੈਂਸੀ ਸੀ ਫਿਰ 20 ਆਇਆ ਤੇ ਹੁਣ ਤੈਰਦੀ ਵੀ ਗੱਲਬਾਤ ਚੱਲ ਰਹੀ ਹੈ ਕਿਉਂ ਕਿ ਚੱਲ ਰਹੀ ਹੈ ਜੀ ਤੈਰਦੀ ਗੱਲਬਾਤ ਕਿਉਂਕਿ ਜਿਸ ਟਾਈਮ ਰਾਹਦੀ ਤੋਂ 20 ਕਿਨਾ ਨੇ ਕੱਢਿਆ ਹੀ ਰਹਿਮ ਉਸ ਟਾਈਮ ਜਿਹੜੀ ਐਮਰਜੈਂਸੀਆ ਜੁਲਾਈ ਤੱਕ ਕਰ ਦਿੱਤੀ ਗਈ ਸੀ ਤੇ ਹੁਣ ਜਿਹੜੀ ਐਮਰਜੈਂਸੀ ਆ ਇਸ ਨੂੰ ਦਸੰਬਰ ਤੱਕ ਕਰ ਦਿੱਤਾ ਗਿਆ ਤਾਂ ਇਸ ਨਾਲ ਜਿਹੜੇ ਸਰਕਾਰ ਦੇ ਵਿੱਚ ਕਾਫੀ ਆਗੂਕਾਰ ਨੇ ਜਿਹੜੇ ਬੰਦੇ ਨੇ ਉਹ ਦੇਖ ਰਹੇ ਨੇ ਜੀ ਜੇ ਐਮਰਜੈਂਸੀ ਵਧਾਈ ਜਾ ਰਹੀ ਆ ਤਾਂ ਫਿਰ ਇਹ ਜਿਹੜੀਆਂ ਸਰਕਾਰ ਵੱਲੋਂ ਕੀ ਦਿੱਤੀਆਂ ਗਈਆਂ ਸਹੂਲਤਾਂ ਇਹਨਾਂ ਨੂੰ ਵੀ ਵਧਾਉਣਾ ਚਾਹੀਦਾ ਜਿਨ੍ਹਾਂ ਦੇ ਵਿੱਚ 1200 ਤੋਂ ਲੈ ਕੇ 2400 ਰੁਪਏ ਤੱਕ ਦਾ ਜਿਹੜਾ ਦਮੰਦ ਆ ਇਹ ਵੀ ਸ਼ਾਮਲ ਆ ਜੀ ਜਿਸ ਨੂੰ ਅਸੀਂ ਰਾਹਦੀ ਤੋਂ ਦੀ ਐਮਰਜੈਂਸਾ ਕਹਿੰਨੇ ਪਰ ਰਾਹਦੀ ਤੋਂ ਦੀ ਐਮਰਜੈਂਸਾ ਹੀ ਕਿਉਂ ਰੈਡੀ ਤੋਂ ਦੀ ਚੇਤਾਵਨੀਾਂ ਦਾ ਹੋਰ ਵੀ ਜਿੰਨੇ ਦਮਾਉਂਦੇ ਆ ਜਿਹੜੇ ਉਹ ਸਾਰੇ ਵਧਾ ਦਿੱਤੇ ਜਾਣਗੇ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਜਿਹੜੇ ਫਿਰ ਤੁਹਾਨੂੰ ਜੁਲਾਈ ਤੋਂ ਬਾਅਦ ਆ ਜਿਹੜਾ ਜੁਲਾਈ ਤੋਂ ਬਾਅਦ ਜਿਹੜੇ ਪੈਸੇ ਜਿਹੜਾ ਲਾਸਟ ਮਿਲਨੇ ਆ ਫਿਰ ਤੁਸੀਂ ਇਹਦੇ ਇੱਕ ਵਾਰ ਫਿਰ ਆਪਣੇ ਪੈਸਿਆਂ ਦੀ ਮੰਗ ਕਰ ਸਕਦੇ ਮੇਰੇ ਸਾਹਮਣੇ ਨੌਵੇਂ ਮਹੀਨੇ ਦੇ ਵਿੱਚ ਤੁਸੀਂ ਇਸ ਦਾ ਦੁਬਾਰਾ ਦਮੰਦਾ ਕਰ ਸਕਦੇ ਹੋ ਇਸ ਟਾਈਮ ਆਫੀਸ਼ੀਅਲੀ ਤੌਰ ਤੇ ਨਹੀਂ ਆਇਆ ਪਰ ਇੱਕ ਦੋ ਦਿਨਾਂ ਦੇ ਵਿੱਚ ਹਫਤੇ ਖੰਡ ਦੇ ਵਿੱਚ ਸਾਹਮਣੇ ਆ ਜਾਣਾ ਇਹ ਵੀ ਕਿ ਤੁਸੀਂ ਇਹਨੂੰ ਫੇਰ ਕਰ ਸਕਦੇ ਹੋ ਕਿਉਂਕਿ ਸਰਕਾਰ ਇਸ ਹੱਕ ਦੇ ਵਿੱਚ ਆ ਕਿ ਤੁਸੀਂ ਇਹ ਜਿਹੜੇ ਦੁਮਾਂਦੇ ਕਰੋ ਜੀ ਅਗਲਾ ਅਪਡੇਟ ਬਤਨ ਜੀ ਗ੍ਰੀਨ ਪਾਸ ਵੱਲ ਜਿਹੜਾ ਗ੍ਰੀਨ ਪਾਸ ਆ ਜੀ ਗ੍ਰੀਨ ਪਾਸ ਸਰਕਾਰ ਹੁਣ ਇਸ ਟਾਈਮ ਗੱਲਬਾਤ ਕਰ ਰਹੀ ਹੈ ਕਿ ਕੰਮ ਦੇ ਉੱਤੇ ਵੀ ਇਹਨੂੰ ਰੱਖਿਆ ਜਾਣਾ ਚਾਹੀਦਾ ਕੰਮ ਦੇ ਉੱਤੇ ਵੀ ਜਾਣ ਦੇ ਲਈ ਜਿਹੜਾ ਗ੍ਰੀਨ ਪਾਸ ਦੀ ਲੋੜ ਹੋਣੀ ਚਾਹੀਦੀ ਆ ਪਰ ਇਸ ਗ੍ਰੀਨ ਪਾਸ ਦੇ ਕਾਰਨ ਤਕਰੀਬਨ ਅਸੀਂ ਕਹਿ ਸਕਦੇ ਹਾਂ ਇਟਲੀ ਦੀ ਸਰਕਾਰ ਦੋ ਪਾਸੇ ਵੰਡ ਹੋ ਗਈ ਆ ਇੱਕ ਪਾਸੇ ਕਿਹਾ ਜਾ ਰਿਹਾ ਕਿ ਜਿਹੜਾ ਗ੍ਰੀਨ ਪਾਸ ਆ ਇਹ ਹੋਣਾ ਚਾਹੀਦਾ ਕੰਮ ਤੇ ਇੱਕ ਜਿਹੜਾ ਪਾਸਾ ਕਰੇ ਕੰਮ ਤੇ ਕੰਮ ਜਿਹੜੇ ਜਾਣ ਵਾਲੇ ਉਹਨਾਂ ਦੇ ਕੋਲ ਵੀ ਗ੍ਰੀਨ ਪਾਸ ਹੋਣਾ ਚਾਹੀਦਾ ਪਰ ਦੂਸਰੇ ਪਾਸੇ ਕਹਿ ਰਹੇ ਆ ਜਿਹੜੇ ਜਿਹੜਾ ਮਿਨਿਸਟਰ ਆਫ ਇਕਨੋਮੀਆ ਜਿਹੜਾ ਇੱਕ ਇਟਲੀ ਦੇ ਆਰਥਿਕ ਜਿਹੜੇ ਮਿਨਿਸਟਰ ਨੇ ਉਹ ਕਹਿ ਰਹੇ ਨੇ ਕਿ ਨਹੀਂ ਕੰਮ ਦੇ ਉੱਤੇ ਜਾਣ ਦੇ ਲਈ ਫਿਰ ਤਾਂ ਤੁਸੀਂ ਇੱਕ ਇੱਕ ਕਿਸਮ ਦਾ ਤਾਨਾशाही ਇੱਕ ਕਿਸਮ ਦਾ ਤੱਕਾशाही ਤੁਸੀਂ ਬੰਦਿਆਂ ਦੇ ਨਾਲ ਕਰਨਾ ਚਾਹੁੰਦੇ ਤੇ ਕੰਮ ਤੇ ਜਾਣ ਦੇ ਲਈ ਜਿਹੜਾ ਇਹ ਗੱਲ ਗੱਲ ਤਾਂ ਇਦਾਂ ਕਰਨਾ ਸਹੀ ਨਹੀਂ ਹੈ ਤੇ ਇਸ ਮਨਿਸਟਰ ਜਿਹੜਾ ਮੰਤਰੀ ਇਹਨਾਂ ਦਾ ਨਾਮ ਆ ਜੀ ਜੁਰਜੈਤੀ ਜੁਰਜੈਤੀ ਨਾਮ ਆ ਜਿਹੜਾ ਇਸ ਕੰਮ ਜਿਹੜਾ ਇਕਨੋਮਿਕ ਤੇ ਡਿਵੈਲਪਮੈਂਟ ਦੇ ਜਿਹੜੇ ਮਨਿਸਟਰ ਨੇ ਜਾਣਕਾਰ ਲੋ ਜੁਰਜੈਤੀ ਜੀ ਉਹਨਾਂ ਨੇ ਕਿਹਾ ਪੇ ਗੱਲ ਗਲਤ ਆ ਜੀ ਉਧਰ ਵੇ ਨਹੀਂ ਤੋਂ ਜਿਹੜੇ ਪ੍ਰਧਾਨਾ ਲੋਕਾ ਜ਼ਾਈਆ ਜੀ ਉਹ ਕਹਿ ਰਹੇ ਨੇ ਕਿ ਜੀ ਸਾਨੂੰ ਸਕੂਲਾਂ ਨੂੰ ਹਿਫਾਜ਼ਤ ਦੇ ਵਿੱਚ ਕਰਨ ਦੇ ਲਈ ਸਕੂਲਾਂ ਦੇ ਵਿੱਚ ਸਿਕਿਉਰਟੀ ਵਧਾਉਣ ਦੇ ਲਈ ਸਾਨੂੰ ਲੋੜ ਆ ਵੀ ਸਕੂਲਾਂ ਦੇ ਵਿੱਚ ਜਿੰਨੇ ਵੀ ਸਰ ਮੈਡਮ ਉਹਨਾਂ ਦੇ ਵੈਕਸੀਨ ਲੱਗੀ ਹੋਣੀ ਚਾਹੀਦੀ ਆ ਵੈਨੇਟੋ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 82% ਜਿਹੜੇ ਸਾਰਨ ਮੈਡਮ ਪ੍ਰੋਫੈਸਰ ਨੇ ਉਹਨਾਂ ਦੇ ਵੈਕਸੀਨ ਲੱਗੀ ਹੋਈ ਆ ਬਾਕੀ ਦਾ ਜਿਹੜਾ 18% ਉਹਨਾਂ ਦੇ ਨਹੀਂ ਲੱਗੀ ਕਹਿਣ ਦਾ ਮਤਲਬ ਜੇਕਰ ਉਹਨਾਂ ਨੇ ਨਾ ਲਵਾਈ ਹੋਵੇ ਤਾਂ ਇਹ ਗੱਲ ਹੋ ਸਕਦੀ ਹੈ ਕਿ ਉੱਥੇ ਉਹਨਾਂ ਨੂੰ ਐਂਟਰੀ ਨਾ ਦਿੱਤੀ ਜਾਵੇ ਸਪੇਨ ਦੇ ਵਿੱਚ ਜਿਹੜਾ ਗ੍ਰੀਨ ਪਾਸ ਆ ਗ੍ਰੀਨ ਪਾਸ ਦੀ ਇਹ ਗੱਲਬਾਤ ਚੱਲ ਰਹੀ ਹੈ ਸਪੇਨ ਦੇ ਵਿੱਚ ਗ੍ਰੀਨ ਪਾਸ ਆ ਜਿਹੜਾ ਰਾਤ ਨੂੰ ਜਿਹੜੇ ਬਾਰ ਰੈਸਟੋਰੈਂਟ ਖੋਲਦੇ ਉਹਨਾਂ ਦੇ ਵਿੱਚ ਸ਼ਹਿਰ ਆ ਜੀ ਉੱਥੇ ਦਾ ਇੱਕ ਅੰਦਾਲੂਸੀਆ ਅੰਡਾਲੂਸੀਆ ਦੇ ਵਿੱਚ ਵੀਰਵਾਰਤੋ ਦੱਸਿਆ ਜਾ ਰਿਹਾ ਕਿ ਜਿਨੇ ਵੀ ਰਾਤ ਦੇ ਜਿਨੇ ਵੀ ਰਾਤ ਦੇ ਰੈਸਟੋਰੈਂਟ ਜਾਂ ਬਾਰ ਦੇ ਵਿੱਚ ਜਾਣਾ ਤਾਂ ਉਹਨਾਂ ਦੇ ਕੋਲ ਗ੍ਰੀਨ ਪਾਸ ਹੈ ਜਿਹੜਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਗੱਲ ਕਰਦੇ ਹਾਂ ਜੀ ਸਨ ਮਰੀਨੋ ਦੀ ਸਨ ਮਰੀਨੋ ਜੋ ਕਿ ਇਟਲੀ ਦੇ ਵਿੱਚ ਇੱਕ ਹੋਰ ਕੰਟਰੀ ਇਟਲੀ ਦੇ ਵਿੱਚ ਹੀ ਇਟਲੀ ਦੇ ਵਿੱਚ ਹੀ ਵਸਿਆ ਹੋਇਆ ਇੱਕ ਹੋਰ ਦੇਸ਼ ਜਿਸ ਨੇ ਸਭ ਤੋਂ ਪਹਿਲਾਂ ਵੈਕਸੀਨ ਲਾਈ ਸੀ ਤੇ ਵੈਕਸੀਨ ਉਹਨੇ ਰਸ਼ੀਅਨ ਦੀ ਜਿਹੜੀ ਸਪੁਤਨਿਕ 5 ਵੈਕਸੀਨ ਲਾਈ ਸੀ ਤੇ ਇਹ ਜੋ ਸਪੁਤਨਿਕ 5 ਵੈਕਸੀਨ ਹੈ ਇਟਲੀ ਦੇ ਵਿੱਚ ਇਹਨੂੰ ਮਾਨਤਾ ਪ੍ਰਾਪਤ ਨਹੀਂ ਹੈਗੀ ਪਰ ਆਪਣਾ ਸਾਮ ਮਰੀਨ ਨੇ ਯੂਰਪ ਯੂਨੀਅਨ ਦੇ ਨਾਲ ਇੱਕ ਸੰਧੀ ਕੀਤੀ ਉਸ ਸਮਝੌਤੇ ਤੇ ਇਹ ਗੱਲ ਆਈ ਕਿ ਜਿੰਨਾ ਜਿਹੜਾ ਵੀ ਬੰਦਿਆਂ ਨੇ ਸਾਮ ਮਰੀਨੋ ਦੇ ਵਿੱਚ ਵੈਕਸੀਨ ਲਵਾਈ ਆ ਉਹ ਸਾਰੇ ਦੇ ਸਾਰੇ ਜਿਹੜੀ ਵੈਕਸੀਨਾਂ ਗ੍ਰੀਨ ਪਾਸ ਆ ਜਿਹੜਾ ਯੂਰਪ ਦੇ ਵਿੱਚ ਵੈਲਿਡ ਹੋਊਗਾ ਜੀ ਉਹਨੂੰ ਮਾਨਤਾ ਪ੍ਰਾਪਤ ਕਰ ਦਿੱਤੀ ਆ ਅਪਡੇਟ ਵੱਲ ਚਲਦੀਆਂ ਜੀ ਜੋ ਤਹਿਰਨੀ ਤਵਾਰਿਆ ਤਹਿਰਨੀ ਦੇ ਵਿੱਚ ਇੱਕ ਸੌਚੋ ਸਨਿਤਾਰੀਆ ਇੱਕ ਅਸੀਂ ਕਹਿ ਸਕਦੇ ਹਾਸਪੀਟਲਾਂ ਦੇ ਵਿੱਚ ਜਿਹੜੇ ਸੌਚੋ ਸਨਿਤਾਰੀਆ ਹੁੰਦੇ ਨਰਸ ਡਿਪਾਰਟਮੈਂਟ ਇਹਨਾਂ ਦੇ ਵਿੱਚ ਇਹ ਮਹਿਕਮੇ ਦਾ ਹੁੰਦਾ ਜਿਹੜਾ ਸੌਚੋ ਸਨਿਤਾਰੀਏ ਇੱਕ ਕੋਆਪਰੇਟਿਵਾ ਕੋਆਪਰੇਟਿਵਾ ਦੇ ਨਾਲ ਕੰਮ ਕਰਦੀ ਸੀ ਜੋ ਕਿ ਤਹਿਰਨੀ ਦੀ ਸੀ ਉਹਨਾਂ ਨੂੰ ਕੰਮ ਤੋਂ ਸਸਪੈਂਡ ਕਰ ਦਿੱਤਾ ਗਿਆ ਤੇ ਕੰਮ ਦੀ ਜਿਹੜੀ ਤਨਖਾਹ ਵੀ ਰੋਕ ਲਈ ਗਈ ਹੈ ਦਸੰਬਰ ਤੱਕ ਤੇ ਉਹਨੇ ਕੀ ਕੀਤਾ ਚੱਕ ਕੇ ਕੋਰਟ ਮੋਰੇ ਜਾ ਕੇ ਉਹਨੇ ਅਪੀਲ ਲਾਤੀ ਕੇਸ ਦਰਜ ਕਰਤਾ ਜੀ ਕਿ ਮੇਰੇ ਨਾਲ ਧੱਕਾਸ਼ਾਹੀ ਕੀਤੀ ਗਈ ਹੈ ਕਿਉਂਕਿ ਮੈਂ ਵੈਕਸੀਨ ਲਾਣ ਤੋਂ ਮਨਾਂ ਕੀਤਾ ਤੇ ਮੈਨੂੰ ਇਹਨਾਂ ਨੇ ਕੰਮ ਤੋਂ ਕੱਢਤਾ ਮੈਨੂੰ ਕੰਮ ਤੋਂ ਸਸਪੈਂਡ ਕਰਤਾ ਦੇਖੋ ਜੀ ਜਿਹੜਾ ਜੱਜ ਸੀ ਉਹਨੇ ਪਹਿਲੀ ਸੁਣਵਾਈ 'ਚ ਜਿਹੜਾ ਕੇਸ ਆ ਰੱਦ ਕਰਤਾ ਉਹਨੇ ਕਿਹਾ ਵੀ ਇਹ ਕੇਸ ਨਹੀਂ ਬਣਦਾ ਜਿਹੜਾ ਤੁਹਾਡੇ ਉੱਤੇ આરોਪ ਲੱਗਾ ਜਿਹੜਾ ਤੁਹਾਡੇ ਉੱਤੇ ਗੱਲ ਲੱਗੀ ਹੈ ਕਿ ਤੁਸੀਂ ਵੈਕਸੀਨ ਲਵਾਉਣ ਤੋਂ ਮਨਾਂ ਕਰ ਰਹੇ ਹੋ ਬਿਲਕੁਲ ਸਹੀ ਹੈ ਤੇ ਤੁਹਾਨੂੰ ਇਦਾਂ ਵੈਕਸੀਨ ਲਵਾਣੀ ਹੀ ਪੈਣੀ ਜੇਕਰ ਕੰਮ ਤੇ ਚਾਹੁੰਦੇ ਹੋ ਤਾਂ ਦਸੰਬਰ ਤੱਕ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਜੇਕਰ ਵੈਕਸੀਨ ਨਾ ਲਵਾਈ ਅਗਲਾ ਅਪਡੇਟ ਆ ਰਿਹਾ ਜੀ ਆਪਣੇ ਇੰਸਟੀਟੂਟ ਤੋਂ ਸੁਪਰੀਓਰੀ ਦੀ ਸੈਨੀਟਾ ਜਿਹੜਾ ਇਟਲੀ ਦੇ ਵਿੱਚ ਮਹਿਕਮਾ ਸਾ ਜਿਹੜਾ ਸਿਹਤ ਮਹਿਕਮਾ ਸਿਹਤ ਮਹਿਕਮੇ ਤੋਂ ਇੱਕ ਹੋਰ ਅਪਡੇਟ ਆ ਉਹ ਬਾਅਦ ਵਿੱਚ ਅਸੀਂ ਐਂਡ ਜੇ ਇੱਥੇ ਜਾ ਕੇ ਦੱਸਦੇ ਆ ਇਹ ਕਹਿ ਰਹੇ ਨੇ ਜੀ ਕਿ ਜਿਹੜਾ ਇਹਨਾਂ ਨੇ ਤਿੰਨ ਜ਼ੋਨਾਂ ਦੇ ਵਿੱਚ ਪੂਰੀ ਇਟਲੀ ਨੂੰ ਵੰਡਿਆ ਪੀਲਾ ਜ਼ੋਨ ਸੰਤਰੀ ਜ਼ੋਨ ਰੈੱਡ ਜ਼ੋਨ ਤਕਰੀਬਨ ਇਹ ਦੱਸਿਆ ਕਿ ਤਿੰਨ ਹਫ਼ਤੇ ਇਹਨਾਂ ਨੇ ਜਿਹੜੇ 85 ਇਟਲੀ ਦੇ ਪ੍ਰਵਿੰਚੇ ਆ 107ਾਂ ਚੋਂ ਜਿਹੜੇ ਤਿੰਨ ਹਫ਼ਤੇ 107 ਟੋਟਲ ਇਟਲੀ ਦੇ ਵਿੱਚ ਪ੍ਰੋਵਿੰਸ਼ੀਅਲ ਜ਼ਿਲ੍ਹਿਆਂ ਜਿਨ੍ਹਾਂ ਦੇ ਵਿੱਚੋਂ 85 ਨੂੰ ਇਹਨਾਂ ਨੇ ਬਹੁਤ ਹੀ ਚੰਗੀ ਤਰ੍ਹਾਂ ਗੌਰ ਦੇ ਨਾਲ ਦੇਖਿਆ ਇਹਨਾਂ ਦਾ ਕਹਿਣਾ ਇਹ ਹੈ ਜੀ ਕਹਿੰਦੇ ਕਿ ਸਾਡਾ ਤਕਰੀਬਨ 25000 ਬੰਦੇ ਨੂੰ ਅਸੀਂ ਇੱਕ ਮਹੀਨੇ ਦੇ ਵਿੱਚ ਬਚਾ ਲਿਆ 25000 ਬੰਦੇ ਨੂੰ ਬਚਾਉਣ ਦਾ ਕਾਰਨ ਕੀ ਹੈ ਕਿ ਤਿੰਨ ਹਿੱਸਿਆਂ ਦੇ ਵਿੱਚ ਵੰਡਣ ਦੇ ਨਾਲ ਬੰਦਿਆਂ ਦਾ ਕੀ ਹੋਇਆ ਬੰਦਿਆਂ ਦਾ ਇਹ ਕੰਮ ਹੋਇਆ ਕਿ ਤਿੰਨ ਹਿੱਸਿਆਂ ਦੇ ਨਾਲ ਕਿ ਬੰਦੇ ਜਿੱਥੇ ਜ਼ਿਆਦਾ ਸ਼ੱਕ ਸੀਗਾ ਉੱਥੇ ਲੋਕੀ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ ਲੋਕੀ ਜ਼ਿਆਦਾਤਰ ਘਰਾਂ ਦੇ ਵਿੱਚ ਚੱਲ ਗਏ ਤੇ ਜਿਨ੍ਹਾਂ ਨੇ ਘੁੰਮਣਾ ਫਿਰਨਾ ਹੀ ਹੁਕਮ ਫਿਰ ਵੀ ਰਹੇ ਸਨ ਇਟਲੀ ਦੇ ਸੇਦ ਮੰਤਰੀ ਜਿਨ੍ਹਾਂ ਦਾ ਨਾਮ ਰੋਵੈਰਟਸ ਪੈਰਾਂਸਾ ਜੀ ਉਹਨਾਂ ਦਾ ਉਹਨਾਂ ਦਾ ਇੱਕ ਨਵਾਂ ਬਿਆਨ ਆ ਰਿਹਾ ਜੀ ਉਹ ਕਹਿ ਰਹੇ ਨੇ ਕਿ ਜਿਹੜੇ ਵੀ ਐਰਐਸਏ ਦੇ ਵਿੱਚ ਬੰਦੇ ਨੇ ਜਿਹੜੇ ਵੀ ਬਿਰਧ ਆਸ਼ਰਮਾਂ ਦੇ ਵਿੱਚ 올ਡੇਜ ਹੋਮ ਦੇ ਵਿੱਚ ਜਿਹੜੇ ਵੀ ਬੰਦੇ ਰਹਿ ਰਹੇ ਨੇ ਉਹਨਾਂ ਨੂੰ ਜੇਕਰ ਉਹਨਾਂ ਦਾ ਕੋਈ ਵੀ ਬੰਦਾ ਘਰ ਦਾ ਮਿਲਣਾ ਚਾਹੇ ਤਾਂ ਜੀ ਸਦਕੇ ਮਿਲ ਸਕਦਾ ਹੈ ਹਰ ਰੋਜ਼ ਬੰਦੇ ਨੂੰ 45-45 ਮਿੰਟ ਦਿੱਤੇ ਜਾਣਗੇ ਮਿਲਣ ਨੂੰ ਫਿਰ ਚਾਹੇ ਰੈੱਡ ਜ਼ੋਨ ਹੋਵੇ ਪਾਏ ਜਿਹੜਾ ਮਰਜੀ ਜ਼ੋਨ ਹੋਵੇ ਤਾਂ ਉਹਨੂੰ ਇਸ ਗੱਲ ਤੋਂ ਮਨਾ ਨਹੀਂ ਕਰਨਾ ਚਾਹੀਦਾ ਕਿਉਂਕਿ ਪਿਛਲੇ ਸਾਲ ਬਹੁਤ ਇਦਾਂ ਦੇ ਕੇਸ ਸਾਹਮਣੇ ਹੋਏ ਜਿਸ ਟਾਈਮ ਲੌਕਡਾਊਨ ਲੱਗਾ ਸੀ ਲੋਕ ਜਿਹੜੇ ਕਾਫੀ ਬੰਦੇ ਕਾਫੀ ਬੰਦਿਆਂ ਦੀ ਮੌਤ ਹੋ ਗਈ ਕੱਲਿਆਂ ਦੀ ਤੇ ਉਹਨਾਂ ਦੇ ਕੋਲ ਲਾਸਟ ਵਿਲੇ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਨਹੀਂ ਸੀ ਕਿਉਂਕਿ ਸਾਰੇ ਪਾਸੇ ਸਾਰੇ ਪਾਸੇ ਤਾਂ ਰੈਡ ਜ਼ੋਨ ਲੱਗੇ ਹੋਏ ਸਨ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਸਾਊਥ ਕੋਰੀਆ ਤੋਂ ਆ ਰਿਹਾ ਉੱਥੇ ਦੱਸਿਆ ਜਾ ਰਿਹਾ ਕਿ ਡੈਲਟਾ ਪਲੱਸ ਜੋ ਕਿ ਡੈਲਟਾ ਦਾ ਵੀ ਪੇ ਆ ਉਹਦਾ ਜਿਹੜਾ ਵਾਰੀਐਂਟ ਆ ਉੱਥੇ ਦੋ ਕੇਸ ਸਾਹਮਣੇ ਆਏ ਨੇ ਜੀ ਤੇ ਇਹ ਜਿਹੜੀਆਂ ਅਸੀਂ ਖਬਰਾਂ ਦੱਸਦੇ ਆ ਚਾਹੇ ਦੁਨੀਆ ਦੇ ਜਿਹੜੇ ਵੀ ਕੋਨੇ ਦੀਆਂ ਹੋਣ ਉਹ ਜੋ ਕਿ ਇਟਾਲੀਅਨ ਦੇ ਵਿੱਚ ਆ ਰਹੀਆਂ ਸਿਰਫ ਅਸੀਂ ਉਹੀ ਦੱਸ ਰਹੇ ਹਾਂ ਅਸ਼ਾ ਆਪਣਾ ਜਿਹੜੇ ਇਟਲੀ ਦੇ ਮੰਤਰੀ ਹੈ ਆਪਣੇ ਮਾਰੀਓ ਦਰਾਗੀ ਜੀ ਪ੍ਰੀਮੀਅਰ ਮਾਰੀਓ ਦਰਾਗੀ ਜੀ ਉਹਨਾਂ ਦਾ ਇਟਲੀ ਦੇ ਵਿੱਚ ਜਿਹੜੇ ਸਿੰਧਾ ਕਾਤੀ ਆ ਸਿੰਧਾ ਕਾਤੀ ਕੌਣ ਹੁੰਦੇ ਆ ਜਿਹੜੇ ਬੰਦਿਆਂ ਦੇ ਹੱਕਾਂ ਦੇ ਲਈ ਖੜਦੇ ਆ ਜਿਹੜੀ ਜੂਨੀਅਨ ਹੁੰਦੀ ਹੈ ਨਾ ਹੱਕਾਂ ਦੇ ਲਈ ਖੜਨ ਵਾਲੀ ਸਿੰਧਾ ਕਾਤੀ ਉਹਨਾਂ ਦੇ ਨਾਲ ਉਹਨਾਂ ਦਾ ਅੱਜ ਗੱਲਬਾਤ ਹੋਈ ਹੈ ਤੇ ਉਸ ਗੱਲਬਾਤ ਤੋਂ ਕੀ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਿ ਗ੍ਰੀਨ ਪਾਸ ਅਸੀਂ ਮੰਨ ਲਿਆ ਕਿ ਗ੍ਰੀਨ ਪਾਸ ਲੋੜ ਹੈ ਗ੍ਰੀਨ ਪਾਸ ਤੋਂ ਬਿਨਾ ਐਂਟਰ ਨਹੀਂ ਹੋਣ ਦੇਣਾ ਗ੍ਰੀਨ ਪਾਸ ਠੀਕ ਆ ਪਰ ਜੇਕਰ ਬੰਦੇ ਕੋ ਗ੍ਰੀਨ ਪਾਸ ਨਹੀਂ ਹੈਗਾ ਤੁਸੀਂ ਕੰਮ ਤੋਂ ਕੱਢ ਦੋ ਇਹ ਤਾਂ ਬੰਦੇ ਦੇ ਨਾਲ ਸਰਾਸਰ ਜਾਤੀ ਹੈ ਨਾ ਇਹ ਕੰਮ ਗਲਤ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਾਪਾਨ ਦੇ ਵਿੱਚ ਉਦਰੇ ਲਾਸਟਲੇ 24 ਘੰਟਿਆਂ ਦੇ ਵਿੱਚ ਅੱਠ ਤਕਰੀਬਨ 8000 ਨਵੇਂ ਕੇਸ ਆ ਐਗਜ਼ੈਕਟ ਗਿਣਤੀ ਦਸੀ ਤਾਂ 8393 ਨਵੇਂ ਕੇਸ ਦਰਜ ਹੋਇਆ ਜੀ ਅਤੇ ਚਾਈਨਾ ਦੇ ਵਿੱਚ ਇੱਕ ਵਾਰ ਫੇਰ ਦੱਸਿਆ ਜਾ ਰਿਹਾ ਹੈ ਕਿ ਜਿੰਨੇ ਵੀ ਬੰਦੇ ਉੱਥੇ ਨੇ ਉਹਨਾਂ ਨੂੰ ਸਾਰਿਆਂ ਨੂੰ ਟੈਸਟ ਕਰਵਾਣੇ ਪੈਣੇ ਹਨ ਕਿਨ ਤੀ ਇੱਕ ਵਾਰ ਫੇਰ ਵਧਣੀ ਸ਼ੁਰੂ ਹੋ ਗਈ ਹੈ ਚਾਹੇ ਕਿ ਥੋੜੇ ਨੇ ਪਰ ਹਿਸਟਰੀ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਆਪ ਨੂੰ ਰਿਪੀਟ ਕਰਨਾ ਸ਼ੁਰੂ ਕਰ ਰਹੀ ਹੈ ਜੀ ਇਟਲੀ ਦੇ ਵਿੱਚ ਇੱਕ ਹੋਰ ਸਪੈਸ਼ਲ ਮੀਟਿੰਗ ਹੋਣ ਜਾ ਰਹੀ ਹੈ ਇਟਲੀ ਦੇ ਵਿੱਚ ਜਿਹੜੀ ਸਪੈਸ਼ਲ ਮੀਟਿੰਗ ਆ 5 ਅਗਸਤ ਨੂੰ ਹੋਣੀ ਹੈ ਜਿਹਦੇ ਵਿੱਚ ਫਿਰ ਸ਼ਿਪ ਹੋਣ ਜਿਹੜੇ ਅਸੀਂ ਸਮੁੰਦਰੀ ਜਹਾਜ਼ ਕਹਿੰਦੇ ਆ ਟ੍ਰੇਨਾਂ ਰੇਲ ਗੱਡੀਆਂ ਜਾਂ ਫਿਰ ਹਵਾਈ ਜਹਾਜ਼ ਇਹਨਾਂ ਦੇ ਵਿੱਚ ਜਿਹੜਾ ਗ੍ਰੀਨ ਪਾਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੋਊਗਾ ਲਾਜ਼ਮੀ ਹੋਊਗਾ ਸਕੂਲਾਂ ਦੇ ਵਿੱਚ ਤੇ ਕੰਮ ਕਮਾਂਕਾਰਾਂ ਦੇ ਉੱਤੇ ਜੇਕਰ ਗ੍ਰੀਨ ਪਾਸ ਦੀ ਲੋੜ ਹੈ ਜਾਂ ਨਹੀਂ ਇਹ ਜਿਹੜੀ ਗੱਲ ਆ 5 ਅਗਸਤ ਨੂੰ ਮੀਟਿੰਗ ਦੇ ਵਿੱਚ ਸਾਹਮਣੇ ਆਣੀ ਹੈ ਜੀ ਹੁਣ ਗੱਲ ਕਰਦੇ ਹਾਂ ਜੀ ਇਟਲੀ ਦੇ ਵਿੱਚ ਇੱਕ ਵਾਰ ਫਿਰ ਜਿਹੜੇ ਨਕਲੀ ਦਵਾਈਆਂ ਵੇਚਣ ਵਾਲੇ ਡੁਪਲੀਕੇਟ ਦਵਾਈਆਂ ਵੇਚਣ ਵਾਲੀਆਂ 95 ਵੈਬਸਾਈਟਾਂ ਨੂੰ ਇਟਲੀ ਨੇ ਬੰਦ ਕਰਤਾ ਇਟਲੀ ਦਾ ਮਹਿਕਮਾ ਕਾਰਾਵੀਨੀ ਦਾ ਜਿੰਨਾ ਨਾਸ ਜਿੰਨਾ ਦਾ ਨਾਮ ਐਨ ਐਸ ਇਹ ਜਿੰਨੀਆਂ ਵੀ ਇਹ ਦਵਾਈਆਂ ਸਾਰੀਆਂ ਸੀ ਐਂਟੀਬਾਇਓਟਿਕਸ ਸੀ ਗਿਆ ਜਾਂ ਫਿਰ ਲੂਪੀਨਾ ਵੀਰ ਹੋ ਗਿਆ ਰੀਤੋਨਾ ਵੀਰ ਹੋ ਗਿਆ ਜੀਤਰੋ ਮਸੀਨਾ ਹੋ ਗਿਆ ਜਿਹੜਾ ਜੀਤਰੋ ਮੈਕਸ ਵੀ ਹੋ ਗਿਆ ਰੇਮੀ ਦੀ ਵੀਰ ਹੋ ਗਿਆ ਇਹ ਜਿਹੜੀਆਂ ਦਵਾਈਆਂ ਨੇ ਜਿਸ ਟਾਈਮ ਕੋਰੋਨਾ ਕੋਵਿਡ ਸ਼ੁਰੂ ਹੋਇਆ ਸੀ ਉਸ ਟਾਈਮ ਦੱਸਿਆ ਜਾ ਰਿਹਾ ਸੀ ਕਿ ਟਰਾਈ ਕੀਤੀ ਜਾ ਰਹੀ ਸੀ ਸਾਰਿਆਂ ਦੇ ਵਿੱਚ ਕਿ ਅਲੱਗ-ਅਲੱਗ ਬੰਦਿਆਂ ਨੂੰ ਕਿਸੇ ਨੂੰ ਠੀਕ ਹੋ ਗਿਆ ਕਿਸੇ ਨੂੰ ਨਹੀਂ ਹੋ ਗਿਆ ਟਰਾਈ ਕੀਤੀ ਜਾ ਰਹੀ ਕਿ ਕੋਰੋਨਾ ਦੇ ਖਿਲਾਫ ਦੀਆਂ ਇਹ ਦਵਾਈਆਂ ਨੇ ਹੁਣ ਚੱਕਰ ਪ੍ਰੋਬਲਮ ਇਹ ਆਉਂਦੀ ਕੁਝ ਦਵਾਈਆਂ ਤਾਂ ਯੂਰਪ ਦੇ ਵਿੱਚ ਬੈਨ ਵੀ ਕੀਤੀਆਂ ਗਈਆਂ ਨੇ ਫੇ ਤੁਸੀਂ ਨਹੀਂ ਖਰੀਦ ਸਕਦੇ ਹੁਣ ਇਹ ਜਿਹੜੀਆਂ ਸਾਰੀਆਂ-ਸਾਰੀਆਂ ਦਵਾਈਆਂ ਇਹਨਾਂ ਨੂੰ ਆਨਲਾਈਨ 95 ਵੈਬਸਾਈਟਾਂ ਇਟਾਲੀਅਨ ਦੇ ਵਿੱਚ ਟ੍ਰਾਂਸਲੇਸ਼ਨ ਕਰਕੇ ਵੇਚ ਰਹੀਆਂ ਸਨ ਤੇ ਕਹਿ ਰਹੀਆਂ ਸਨ ਜੇਕਰ ਵੈਕਸੀਨ ਨਹੀਂ ਲਵਾਣੀ ਤਾਂ ਜੇ ਤੁਸੀਂ ਵੈਕਸੀਨ ਨਹੀਂ ਲਵਾਣੀ ਤਾਂ ਫਿਰ ਤੁਸੀਂ ਇਹਨਾਂ ਦਵਾਈਆਂ ਨੂੰ ਖਾ ਕੇ ਠੀਕ ਹੋ ਸਕਦੇ ਆ ਜੀ। ਪੁਰਦੇ ਨੋਨੇ ਤੋਂ ਆ ਰਿਹਾ ਜੀ ਅਗਲਾ ਅਪਡੇਟ ਪੁਰਦੇ ਨੋਨੇ ਦੇ ਵਿੱਚ ਇੱਕ ਡਿਸਕੋ ਟੈਕ ਨੂੰ ਨੱਚਣ ਕਰਨ ਨੂੰ ਟੱਪਣ ਕਰਨ ਨੂੰ 30 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਜੀ ਪਹਿਲਾਂ ਉਸ ਨੂੰ 5 ਦਿਨਾਂ ਲਈ ਬੰਦ ਕੀਤਾ ਗਿਆ ਸੀਗਾ ਉੱਥੇ ਨੱਚਦੇ ਟੱਪਦੇ ਹੀ ਜੁਰਮਾਨਾ ਕੀਤਾ ਗਿਆ ਫਿਰ ਇੱਕ ਵਾਰ ਬੰਦ ਕੀਤਾ ਗਿਆ। ਪਰ ਜਦੋਂ ਹੋਟਲ ਆਏ ਨਹੀਂ ਤਾਂ ਫਿਰ ਉਹਨੂੰ ਇੱਕ ਮਹੀਨਾ ਪੂਰੇ ਦਾ ਪੂਰਾ ਇੱਕ ਮਹੀਨਾ ਉਹਨੂੰ ਬੰਦ ਕਰ ਦਿੱਤਾ ਗਿਆ ਜੀ ਤੇ ਜਿੱਥੇ ਇੱਕ ਪਾਸੇ ਆਪਣੇ ਜਿਹੜੇ ਸਿਹਤ ਮੰਤਰੀ ਆ ਕਹਿ ਰਹੇ ਨੇ ਕਿ ਬੰਦਿਆਂ ਨੂੰ ਜਿਹੜੇ ਵੀ ਐਰਐਸ ਦੇ ਵਿੱਚ ਜਿਹੜੇ ਬਿਰਧ ਆਸ਼ਰਮਾਂ ਦੇ ਵਿੱਚ ਬੰਦੇ ਆ ਉਹਨਾਂ ਨੂੰ ਹਰ ਰੋਜ਼ 15 15 45 ਮਿੰਟ ਬੰਦਾ ਮਿਲ ਜੁਲ ਸਕਦਾ ਉੱਥੇ ਹੀ ਇੱਕ ਹੋਰ ਬਿਆਨ ਆ ਰਿਹਾ ਕਿ ਇਹਨਾਂ ਦੇ ਵਿੱਚ ਐਂਟਰੀ ਕਰਨ ਦੇ ਲਈ ਗ੍ਰੀਨ ਪਾਸ ਦੀ ਲੋੜ ਆ ਮਤਲਬ ਕਿ 45 45 ਪੌਣਾ ਪੌਣਾ ਘੰਟਾ ਤੁਸੀਂ ਮਿਲ ਤਾਂ 사ਦੇ ਪਰ ਜਾਣ ਦੇ ਲਈ ਹੈ ਨਾ ਜਿਹੜੀ ਤੁਹਾਨੂੰ ਗ੍ਰੀਨ ਪਾਸ ਦੀ ਗ੍ਰੀਨ ਪਾਸ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਜੇ ਗ੍ਰੀਨ ਪਾਸ ਨਾ ਹੋਇਆ ਤਾਂ ਫਿਰ ਕੋਈ ਗੱਲ ਨਹੀਂ ਵੱਧਦੇ ਜੀ ਆਪਣੀ ਲਾਸਟ ਅਪਡੇਟ ਬਲ ਲਾਸਟ ਅਪਡੇਟ ਆ ਜੋ ਦੱਸਣ ਤੋਂ ਪਹਿਲਾਂ ਅਸੀਂ ਦੱਸਦੇ ਕਿ ਪਹਿਲਾਂ ਸਾਨੂੰ ਮੈਸੇਜ ਆ ਰਹੇ ਨੇ ਕਾਫੀ ਬੰਦੇ ਦੇ ਮੈਸੇਜ ਆਇਆ ਪਾਜੀ ਕਿ ਇਟਲੀ ਦੇ ਵਿੱਚ ਅੱਤਵਾਦੀਆਂ ਦਾ ਹਮਲਾ ਹੋ ਗਿਆ ਤੁਸੀਂ ਇਹਦੇ ਬਾਰੇ ਕੋਈ ਖ਼ਬਰ ਨਹੀਂ ਦਿੱਤੀ ਪਾਜੀ ਅਟੈਕ ਹੋ ਗਿਆ ਜੀ ਆਹ ਹੋ ਗਿਆ ਉਹ ਹੋ ਗਿਆ ਦੇਖੋ ਇਟਲੀ ਦੇ ਵਿੱਚ ਜੋ ਅਸਲ ਦੇ ਵਿੱਚ ਅਟੈਕ ਹੋਇਆ ਸਾਨੂੰ ਨਹੀਂ ਪਤਾ ਕਿ ਤੁਹਾਨੂੰ ਫੋਟੋਆਂ ਦੇ ਵਿੱਚ ਜਾਂ ਕਿਦਾਂ ਕੀ ਤੁਸੀਂ ਪੜਿਆ ਪਰ ਜੋ ਇਟਲੀ ਦੇ ਵਿੱਚ ਅਸਲ ਮਾਇਨੇਚ ਹੋਇਆ ਕਿ ਇਟਲੀ ਦਾ ਜਿਹੜਾ ਲਾਤਸਿਓ ਵਾਲਾ ਲਾਤਸਿਓ ਦੇ ਏਰੀਆ ਦੇ ਵਿੱਚ ਜਿਹੜਾ ਹੈਲਥ ਦੇ ਡਿਪਾਰਟਮੈਂਟ ਦੀ ਜਿਹੜੀ ਵੈਬਸਾਈਟ ਆ ਉਹਨੂੰ ਹੈਕਰਾਂ ਨੇ ਹੈਕ ਕੀਤਾ ਜੇਕਰ ਕੋਈ ਹਮਲਾ ਹੁੰਦਾ ਟੈਰਰਿਸਟ ਅਟੈਕ ਹੁੰਦਾ ਤਾਂ ਉਹਨਾਂ ਨੇ ਕੀ ਕਰਨਾ ਸੀ ਜਿੰਨਾ ਵੀ ਡਾਟਾ ਹੀ ਸਾਰੇ ਦਾ ਸਾਰਾ ਡਿਸਟਰੋਏ ਸਾਰੇ ਦਾ ਸਾਰਾ ਖਤਮ ਕਰ ਦੇਣਾ ਨਹੀਂ ਨਸ਼ਟ ਕਰ ਦੇਣਾ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹ ਇੱਕ ਆਮ ਗੱਲ ਆ ਨੋਰਮਲ ਗੱਲ ਆ ਵੈਬਸਾਈਟਾਂ ਨੂੰ ਹੈਕ ਕਰਨਾ ਫਿਰ ਤੁਹਾਡੇ ਕੰਪਿਊਟਰਾਂ ਦੇ ਵੀ ਬਹੁਤ ਵਾਰ ਹੋਇਆ ਹੋਣਾ ਨੋਰਮਲ ਬੰਦਿਆਂ ਦੇ ਕੰਪਿਊਟਰਾਂ ਤੇ ਹੋ ਜਾਂਦਾ ਇਦਾਂ ਕਿ ਕੰਪਿਊਟਰ ਨੂੰ ਸਟਾਰਟ ਕਰਨ ਦੇ ਲਈ ਉਹ ਕਹਿੰਦੇ ਪੈਸੇ ਦੋ ਨਹੀਂ ਤਾਂ ਤੁਹਾਡਾ ਕੰਪਿਊਟਰ ਨਹੀਂ ਸਟਾਰਟ ਹੋਣਾ ਤੇ ਇਸ ਟਾਈਮ ਹੁਣ ਤੱਕ ਜਿਹੜਾ ਲੱਤਸੀ ਉਹਦਾ ਡਿਪਾਰਟਮੈਂਟ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਨਹੀਂ ਆਈ ਹਾਂਜੀ ਕਿਸੇ ਨੇ ਵਾਇਰਸ ਛੱਡਿਆ ਜਿਸ ਦੇ ਨਾਲ ਉਹ ਬੰਦ ਹੋ ਗਿਆ ਬੰਦ ਕੀ ਹੋਇਆ ਜੀ ਦੇਖੋ ਵੈਕਸੀਨਾਂ ਜਿਹੜੇ ਕੰਮ ਉਹ ਖਤਮ ਹੋ ਗਿਆ ਹੈ ਤੇ ਜਿਹੜੀਆਂ ਵੈਕਸੀਨਾ ਨਹੀਂ ਲੱਗ ਸਕਦੀਆਂ ਜਾਂ ਫਿਰ ਹੋਰ ਜਿਹੜੇ ਬੰਦੇ ਅਪਾਇੰਟਮੈਂਟਾਂ ਲੈ ਰਹੇ ਸੀ ਉਹ ਖਤਮ ਫਿਲਹਾਲ ਸੋਮ ਮੰਗਲਵਾਰ ਤੋਂ ਜੀ ਦੁਬਾਰਾ ਇਹ ਨਹੀਂ ਚਾਲੂ ਕਰ ਦੇਣੀ ਆ ਕਲਾਊਡ ਤੇ ਕਿਉਂਕਿ ਇਹਨਾਂ ਦਾ ਜਿਹੜਾ ਸਿਸਟਮ ਕੋਰਸ ਦਿਨਾਂ ਦੇ ਲਈ ਹੈਂਗ ਹੋ ਗਿਆ ਹੋਰ ਕੁਝ ਨਹੀਂ ਹੋਇਆ ਤੇ ਬਾਕੀ ਜਿਹੜਾ ਹੈਕਰ ਅਟੈਕ ਉਹਦੇ ਨਾਲ ਹੋਇਆ ਕੀ ਹੈ ਕਰ ਕੀ ਸਕਦੇ ਉਹਨਾਂ ਸਿਰਫ ਡਾਟਾ ਤਕਰੀਬਨ ਦੱਸਿਆ ਜਾਂਦਾ 53 ਲੱਖ ਬੰਦਿਆਂ ਦਾ ਡਾਟਾ ਚੋਰੀ ਕੀਤਾ ਗਿਆ ਉਹਦੇ ਵਿੱਚ ਕੀ ਹੈ ਜੀ ਕਿਸ ਬੰਦੇ ਦਾ ਨਾਮ ਬੰਦਾ ਕਿਹੜਾ ਕਿੱਥੇ ਜੰਮਿਆ ਕਿੰਨੀ ਏਜ ਹੈ ਕਿਹੜੀ ਦਵਾਈ ਖਾ ਰਿਹਾ ਕਿਹੜੇ ਬੰਦਾ ਵੈਕਸੀਨ ਲਵਾ ਲਈ ਆ ਜਾਂ ਨਹੀਂ ਲਵਾ ਲਈ ਵੈਕਸੀਨ ਬੰਦੇ ਨੂੰ ਕੋਈ ਡਿਸੀਜ਼ ਆ ਕੋਈ ਬੰਦੇ ਨੂੰ ਪ੍ਰੋਬਲਮ ਚੱਲ ਰਹੀ ਆ ਸ਼ੂਗਰ ਦਾ ਮਰੀਜ਼ ਆ ਡਾਇਬੀਟਿਸ ਦਾ ਮਰੀਜ਼ ਆ ਇਹ ਡਾਟਾ ਚੋਰੀ ਕੀਤਾ ਉਹਦਾ ਫਾਇਦਾ ਕੀ ਆ ਉਹਦਾ ਡਾਟਾ ਦਾ ਫਾਇਦਾ ਇਹ ਆ ਜੀ ਜਿਸ ਟਾਈਮ ਆਪਾਂ ਮਸ਼ਹੂਰੀਆਂ ਦੇਖਦੇ ਆ ਇਹ ਉਹੀ ਆ ਅਸੀਂ ਆਪਾਂ ਗੱਡੀ ਲੱਭਦੇ ਆ ਉਪਲ ਜਾਫਰਾ ਅਸੀਂ ਲੱਭਦੇ ਆ ਮਰਸਡੀ ਲੱਭਦੇ ਆ ਜਾਗੂਅਰ ਲੱਭਦੇ ਆ ਤਾਂ ਦੂ ਇੱਕ ਦਿਨ ਸਾਨੂੰ ਸਾਰੀਆਂ ਗੱਡੀਆਂ ਦੀਆਂ ਮਸ਼ਹੂਰੀਆਂ ਆਉਣ ਲੱਗ ਪੰਦੀਆਂ ਜੇ ਅਸੀਂ ਕੋਈ ਪਤੰਤੇ ਦੀ ਗੱਲ ਕਰੀਏ ਤੁਹਾਨੂੰ ਪਤੰਤੇ ਸ਼ੋ ਹੋਣ ਲੱਗ ਪੰਦਾ ਜੇ ਅਸੀਂ ਸਟੱਡੀ ਵੀਜ਼ੇ ਦੀ ਗੱਲ ਕਰੀਏ ਸਾਨੂੰ ਮਸ਼ਹੂਰੀ ਜਿਹੜੀ ਸਟੱਡੀ ਵੀਜ਼ੇ ਦੀ ਸ਼ੋ ਹੋਣ ਲੱਗ ਪੰਦੀ ਆ ਇਹ ਸਿਰਫ ਡਾਟਾ ਇਸ ਕੰਮ ਦੇ ਲਈ ਯੂਜ਼ ਕੀਤਾ ਜਾਂਦਾ ਹੋਰ ਕਿਸੇ ਵੀ ਤਰ੍ਹਾਂ ਦਾ ਇਟਲੀ ਦੇ ਵਿੱਚ ਐਦਾਂ ਦਾ ਅਟੈਕ ਨਹੀਂ ਹੋਇਆ ਤੇ ਇਹ ਇੱਕ ਜਿਹੜੇ ਮਿਲਾਨ ਦੇ ਸਪੈਸ਼ਲਿਸਟ ਨੇ ਪੋਲੀਕਲੀਨਿਕੋ ਜਿਹੜਾ ਆਪਣਾ ਮਿਲਾਨ ਦਾ ਉੱਥੇ ਦੇ ਉਹ ਕਹਿ ਰਹੇ ਨੇ ਜੀ ਇਹ ਜਿਹੜੀ ਚੀਜ਼ ਆ स्टीफनो ज़ानेरो नाम है जो कि प्रोफेसर ने कंप्यूटर सिक्योरिटी पॉलिटे पॉलीटेक्निको मिलान दे वो कह रहे हैं कि एक आम गल्ला नॉर्मल होना अमेरिका कनाडा सारे पास एक नॉर्मल गल्ला बहुत बार बैंकों ਦੇ ਵਿੱਚੋਂ ਡਾਟਾ ਚੋਰੀ ਹੋ ਜਾਂਦਾ ਇਹ ਕੋਈ ਟੈਰਰਿਸਟ ਅਟੈਕ ਨਹੀਂ ਹੈਗਾ ਤੇ ਹਾਂਜੀ ਇੱਕ ਗੱਲ ਜ਼ਰੂਰ ਹੈ ਤੇ ਜਿਹੜੇ ਵੀ ਬੰਦੇ ਤੁਹਾਨੂੰ ਇਦਾਂ ਗੁੰਮਰਾਹ ਕਰਦੇ ਪਹਿਲਾਂ ਤਾਂ ਉਸ ਵੀਰ ਦਾ ਕਿਸੇ ਆਪਣੇ ਵੀਡੀਓ ਮੈਸੇਜ ਜ਼ਰੂਰ ਜ਼ਰੂਰ ਪਚਾਓ ਆਜਰਾ ਲਾਸਟਾ ਮੈਸੇਜ ਹੈ ਇੱਥੋਂ ਵੀ ਕਾਪੀ ਕਰਕੇ ਪਚਾਓ ਕਿ ਤੁਸੀਂ 5-7 ਰੁਪਏ ਕਰਕੇ 2-4 ਏਰੋਵਾਦ ਕਰਕੇ 3-4 10 ਏਰੋ ਦੇ ਕਰਕੇ ਰੱਖ ਲਓ ਕਿ ਵੀਡੀਓ ਦੇ ਵੀਊ ਦੇ ਚੱਕਰਾਂ ਦੇ ਵਿੱਚ ਲੋਕਾਂ ਨੂੰ ਉਦਹੀਂ ਡਰਾਈ ਜਾਂਦੇ ਆ ਬੰਦੇ ਕੰਬਾਤ ਤੇ ਜੀ ਦੇਖੋ ਇੱਕ ਆ ਹੋ ਗਿਆ ਜੀ ਪਤਾ ਨਹੀਂ ਅੱਤਵਾਦੀ ਆ ਗਿਆ ਅਟੈਕ ਹੋ ਗਿਆ ਹਾਈ ਅਲਰਟ ਕੁਛ ਨਹੀਂ ਹੈਗਾ ਇਦਾਂ ਦੇ ਬੰਦਿਆਂ ਨੂੰ ਨਾ ਬਾਈਕਾਟ ਕਰੋ ਜਿਹੜੇ ਤੁਹਾਨੂੰ ਗਲਤ ਜਿਹੜੀਆਂ ਫੋਟੋਆਂ ਦੇ ਵਿੱਚ ਇਨਫੋਰਮੇਸ਼ਨ ਗਲਤ ਦੇ ਕੇ ਸਿਰਫ ਕਲਿੱਕਾਂ ਕਰਨ ਦੇ ਕਾਰਨ ਵੀ ਉਹ ਵਿਦਾਨ ਦੇ ਕਾਰਨ ਇਦਾਂ ਦੇ ਟਾਈਟਲ ਦਿੰਦੇ ਇਦਾਂ ਦੇ ਬੰਦਿਆਂ ਦਾ ਬਾਈਕਾਟ ਕਰੋ ਅਸੀਂ ਵੀ ਗਲਤ ਕੰਮ ਗਲਤ ਜੇਕਰ ਸਾਡਾ ਵੀ ਟਾਈਟਲ ਹੋਵੇ ਤਾਂ ਸਾਨੂੰ ਵੀ ਬਾਈਕਾਟ ਬਾਈਕਾਟ ਕਰੋ ਜਿਹੜਾ ਬੰਦਾ ਗਲਤ ਟਾਈਟਲ ਦੇ ਕੇ ਸਿਰਫ ਕਲਿੱਕ ਵਿਦਾਨ ਦੇ ਲਈ ਤੁਹਾਨੂੰ ਇਦਾਂ ਦੀ ਇਨਫੋਰਮੇਸ਼ਨ ਵੀਡੀਓ ਦਿਖਾਉਣ ਲਈ ਦੇ ਰਿਹਾ ਤੇ ਵਿੱਚ ਕੁਝ ਵੀ ਨਹੀਂ ਪਹਾੜ ਦੇ ਥੱਲੇ ਚੂਹਾ ਵੀ ਨਹੀਂ ਨਿਕਲਦਾ ਜੇ ਤਾਂ ਪਹਾੜ ਖੋਦੇ ਆ ਪਹਾੜ ਤੇ ਨਿਕਲਿਆ ਚੂਹਾ ਚੂਹਾ ਵੀ ਨਿਕਲੇ ਉਹ ਵੀ ਨਾ ਨਿਕਲਦਾ ਤੇ ਇਦਾਂ ਦੇ ਬੰਦਿਆਂ ਦਾ ਸੁਣਨ ਨੂੰ ਮੇਰੇ ਸਾਹ ਨੂੰ ਕੋਈ ਨਹੀਂ ਉਸ ਬੰਦੇ ਤੱਕ ਜਰੂਰ ਇਹ ਮੈਸੇਜ ਪਹੁੰਚਾਓਗੇ ਭਰਾਵਾ ਆਪਣੇ ਵੀਊਅ ਦੇ ਕਰਕੇ 2-4 ਰੁਪਏ ਕਰਕੇ 5-10 ਰੁਪਏ ਕਰਕੇ ਗਲਤ ਇਨਫੋਰਮੇਸ਼ਨ ਲੋਕਾਂ ਨੂੰ ਗਲਤ ਗੁੰਮਰਾਹ ਨਾ ਕਰੋ 5-10 ਰੁਪਏ ਤੁਹਾਨੂੰ ਚਾਹੀਦੇ ਤਾਂ ਅਸੀਂ ਤੁਹਾਨੂੰ ਦੇ ਦੰਨੇ ਵਾਈ ਗੁਰੂ ਜੀ ਵਾਹਿਗੁਰੂ ਮੇਰ ਕਰਨ ਜੀ ਸਾਰਿਆਂ ਤੇ ਬਾਕੀ ਸਾਰੇ ਇੱਕ ਬੰਦ ਕੰਮ ਵਧੀਆ ਕਰ ਰਹੇ ਨੇ ਵੀਰ ਮਿਲਾਂਗੇ ਨੈਕਸਟ ਅਪਡੇਟ ਦੇ ਵਿੱਚ ਉਹਨਾਂ ਟਾਈਮ ਆਪਣਾ ਆਪਣੇ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣੋ ਇਹ ਇਟਾਲੀਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ